ਮੇਰੇ ਹੌਸ ਪਾਕ ਕਾ ਚਰਚਾ ਜਹਾਨੋਂ ਮੇ ਹੈ, ਜ਼ਮੀਨ ਚੀਜ਼ ਹੈ ਕਿਆ ਆਸਮਾਨੋਂ ਮੇ ਹੈ। ਮੇਰੇ ਹੌਸ ਪਾਕ ਕੀ ਯਾਰੀ ਪਕਤੀ ਰਹੇ, ਮੇਰੇ ਹੌਸ ਪਾਕ ਕੀ ਯਾਰੀ ਪਕਤੀ ਰਹੇ, ਮੇਰੇ ਆਕਾ ਕੀ ਮਹਿਫਿਲ ਦੀ ਸਜਦੀ ਰਹੇ। ਬਜ਼ੁਰਗਾਂ ਨੇ ਜੋ ਤੁਹਾਨੂੰ ਨਸੀਹਤ ਕੀਤੀ ਹੈ ਉਹ ਸੁਣ ਕੇ ਮੇਰਾ ਦਿਲ ਕਰ ਰਿਹਾ ਦਾਦਾ ਦੋ ਅਸ਼ਾਰ ਪੇਸ਼ ਕਰ ਰਹੇ ਹਨ। ਜੇ ਤੁਸੀਂ ਇਸ ਨੂੰ ਸਮਝ ਜਾਓ ਤੇ ਜੋ ਕੁਛ ਜਿਹੜੇ ਸਾਰਾ ਮਜਮੂ ਹੈ ਦੇ ਵਿੱਚ, ਕਿਉਂਕਿ ਜੋ ਵੀ ਪ੍ਰੋਬਲਮਾਂ ਸਾਨੂੰ ਆਉਂਦੀਆਂ ਜਾਂ ਅਸੀਂ ਇਹਨਾਂ ਦੇ ਅਮਲ ਨਹੀਂ ਕਰਦੇ ਤੇ ਸਾਡੇ ਕੰਮਾਂ 'ਚ ਸ਼ਾਮਲ ਹੋਵੇ ਤੇ ਸਾਡੇ ਕੰਮਾਂ ਦਾ ਸਿਰਫ ਇੱਕੋ ਹੀ ਉਹਦੀ ਇੱਕ ਜ਼ਾਤ ਅੱਲਾਹ ਦੀ ਜਿਹਦੇ 'ਤੇ ਅਸੀਂ ਅਮਲ ਕਰ ਲਈਏ ਤੇ ਸਾਡੇ ਜਿਤਨੇ ਇਹਨਾਂ ਨੇ ਤਸ਼ਰੀਹ ਕੀਤੀ ਇਹਨਾਂ ਦਾ ਜਮੂਆ ਇਹਨਾਂ ਕੰਮਾਂ ਦਾ ਹੱਲ ਮੈਂ ਤੁਹਾਨੂੰ ਪੇਸ਼ ਕਰ ਰਿਹਾ। ਜੇ ਅਗਰ ਕੋਈ ਗਲਤੀ ਹੋਈ ਮੈਂ ਮਾਫੀ ਚਾਹੁੰਦਾ। ਜੇ ਅੱਲਾਹ ਵਾਲਿਆਂ ਦੇ ਨੇੜੇ ਨੇੜੇ ਹੋਈਏ, ਜੇ ਅੱਲਾਹ ਵਾਲਿਆਂ ਦੇ ਨੇੜੇ ਨੇੜੇ ਹੋਈਏ ਤੇ ਹਮ ਸਾਡੇ ਮੁੱਕ ਜਾਣਗੇ। ਇਹ ਤੇ ਤੁਸੀਂ ਮੰਨਦੇ ਹੋ ਤੇ ਜੇ ਬੰਦਾ ਅੱਲਾਹ ਦੇ ਨੇੜੇ ਹੋਈ ਤੇ ਜਿਤਨੀ ਇਹਨਾਂ ਨੇ ਗੱਲਾਂ ਕੀਤੀਆਂ ਇਹਦੀ ਤੇ ਫਿਰ ਗੁੰਜਾਇਸ਼ ਹੀ ਨਾ ਰਹਿਣਾ। ਜੇ ਅੱਲਾਹ ਵਾਲਿਆਂ ਦੇ ਨੇੜੇ ਨੇੜੇ ਹੋਈਏ ਤੇ ਗਮ ਸਾਡੇ ਮੁੱਕ ਜਾਣਗੇ। ਜੇ ਸੱਚੇ ਰੱਬ ਦੇ ਅੱਗੇ ਸਰ ਨੂੰ ਝੁਕਾਈਏ, ਜੇ ਸੱਚੇ ਰੱਬ ਦੇ ਅੱਗੇ ਸਰ ਨੂੰ ਝੁਕਾਈਏ ਤੇ ਗਮ ਸਾਡੇ ਮੁੱਕ ਜਾਣਗੇ। ਜੇ ਮੁਸਤਫਾ ਦੀਆਂ ਸੁਨਤਾਂ ਨੂੰ ਅਪਣਾਈਏ, ਜਿਵੇਂ ਹਜ਼ੂਰ ਪਾਕ ਨੇ ਜੋ ਕੁਛ ਕੀਤਾ ਆਪਣੀ ਅਸੀਂ ਜੇ ਉਹਦੇ ਅਸੀਂ ਉਹ ਕਰ ਨਹੀਂ ਸਕਦੇ ਲੇਕਿਨ ਜੋ ਕਰ ਸਕਦੇ ਜੇ ਅਸੀਂ ਉਹੀ ਕਰ ਲਈਏ, ਜੇ ਸੱਚੇ ਗੁਲਾਮ ਉਹਨਾਂ ਦੇ ਬਣ ਜਾਈਏ ਤੇ ਤਾਂ ਵੀ ਸਾਡੇ ਜਿਹੜੇ ਕੰਮ ਮੁੱਕ ਜਾਂਦੇ। ਜੇ ਮੁਸਤਫਾ ਦੀਆਂ ਸੁਨਤਾਂ ਨੂੰ ਅਪਣਾਈਏ ਤੇ ਗਮ ਸਾਡੇ ਮੁੱਕ ਜਾਣਗੇ। ਤੇ ਜੇ ਉਹਨਾਂ ਦੀ ਗੱਲਾਂ ਚ ਪਿਆਰ ਕਰਦੇ ਜਿਵੇਂ ਅੱਜ ਸਭ ਕਰ ਰਹੇ, ਜੇ ਆਲੇ ਰਸੂਲ ਨਾਲ ਕਰੀਏ ਪਿਆਰ, ਜੇ ਆਲੇ ਰਸੂਲ ਨਾਲ ਕਰੀਏ ਪਿਆਰ ਤੇ ਗਮ ਸਾਡੇ ਮੁੱਕ ਜਾਣਗੇ। ਜੇ ਰਸੂਲ ਦੀ ਨਿਸਬਤ ਨਾਲ ਨਿਸਬਤ ਹੋ ਜਾਏ ਸਾਡੀ, ਜੇ ਰਸੂਲ ਦੀ ਨਿਸਬਤ ਨਾਲ ਨਿਸਬਤ ਹੋ ਜਾਏ ਸਾਡੀ ਤੇ ਗਮ ਸਾਡੇ ਮੁੱਕ ਜਾਣਗੇ। ਤੇ ਅਗਲਾ ਇੱਕ ਸ਼ੇਰ ਸ਼ਾਹ ਸਾਹਿਬ ਅਕਸਰ ਕਹਿੰਦੇ ਨੇ, ਜੇ ਸੱਚੇ ਸੁੱਚੇ ਸੈਯਦ ਨਾਲ, ਜੇ ਸੱਚੇ ਸੁੱਚੇ ਸੈਯਦ ਨਾਲ ਨਿਸਬਤ ਹੋ ਜਾਏ ਸਾਡੀ ਤੇ ਗਮ ਸਾਡੇ ਮੁੱਕ ਜਾਣਗੇ। ਜੇ ਕਰੀਏ ਵਿਰਦ ਹਰ ਵਕਤ ਦਰੂਦੇ ਪਾਕ ਦਾ, ਇਹਦੇ ਉੱਤੇ ਤਾਂ ਕੋਈ ਚੀਜ਼ ਨਹੀਂ। ਜੇ ਤੁਸੀਂ ਆ ਕੇ ਜਿਹੜਾ ਬੰਦਾ ਦਰੂਦੇ ਪਾਕ ਪੜ੍ਹਦਾ ਹੈ, ਮੇਰੇ ਖਿਆਲ ਮੁਤਾਬਕ ਜ਼ਿੰਦਗੀ 'ਚ ਇਸ ਤੋਂ ਇਲਾਵਾ ਇਹਦੇ ਵਾਸਤੇ ਹੋਰ ਖੁਸ਼ਕਿਸਮਤੀ ਨਹੀਂ ਹੋ ਸਕਦੀ।
ਜੇ ਕਰੀਏ ਦਰੂ ਦੇ ਪਾਕ ਦਾ ਹਰ ਵਕਤ ਅਸੀਂ ਦਰੂ, ਜੇ ਕਰੀਏ ਬਿਰਦ ਹਰ ਵਕਤ ਦਰੂ ਦੇ ਪਾਕ ਦਾ ਤੇ ਹਮ ਸਾਡੇ ਮੁੱਕ ਜਾਣ। ਅੱਲਾ ਕਰੇ ਅਸੀਂ ਕਰਾਂਦੇ ਰਹੀਏ ਮਿਲਾਦੇ ਮੁਸਤਫਾ, ਅੱਲਾ ਕਰੇ ਅਸੀਂ ਕਰਾਂਦੇ ਰਹੀਏ ਮਿਲਾਦੇ ਮੁਸਤਫਾ ਤੇ ਹਮ ਸਾਡੇ ਮੁੱਕ ਜਾਣ। ਜੇ ਅੱਜ ਦੀਆਂ ਮਹਿਫਲਾਂ ਜਿਵੇਂ ਅੱਜ ਮਹਿਫਲ ਹੋ ਰਹੀ ਹੈ ਸਜਾਉਂਦੇ ਰਹੀਏ ਤੇ ਹਮ ਸਾਡੇ ਮੁੱਕ ਜਾਣਗੇ। ਜੇ ਬਣ ਜਾਈਏ ਸੱਚੇ ਗੁਲਾਮ ਮੁਸਤਫਾ ਦੇ, ਜੇ ਬਣ ਜਾਈਏ ਸੱਚੇ ਗੁਲਾਮ ਮੁਸਤਫਾ ਦੇ ਤੇ ਗਮ ਸਾਡੇ ਮੁੱਕ ਜਾਣਗੇ। ਤੇ ਮੇਰਾ ਦਿਲ ਕੀ ਕਹਿ ਰਿਹਾ, ਇਹ ਸ਼ਾਹ ਮੈਂ ਲਿਖੇ ਸਨ, ਇਨਸ਼ਾਅੱਲਾ ਮੈਨੂੰ ਯਕੀਨ ਹੈ ਐ ਵਸੀ ਕਿ ਗਮ ਸਾਡੇ ਮੁੱਕ ਜਾਣਗੇ। ਸੱਲੱਲਾਹੁ ਅਲੈਕਾ ਯਾ ਲੋਕ ਨੇ ਜਿਹੜੇ ਕਹਿ ਰਹੇ ਨੇ ਕਿ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਸਾਡੇ ਇਹ ਨਾਤ ਬਦਲ ਦਈਏ ਕੁਛ ਅਸ਼ਾਰ ਇਹਨਾਂ ਦਾ ਪੇਸ਼ ਕਰ ਰਹੇ ਸੱਲੱਲਾਹੁ ਅਲੈਹਿ ਵਸੱਲਮ ਮੋੜੀਆਂ ਵਿੱਚ ਰੋੜੇ ਵੀ ਦਰੂਦ
ਤੇਰੇ ਕਿਹੜੇ ਕਿਹੜੇ ਦੱਸਾਂ ਕੀ ਕਮਾਲ ਸੋਹਣਿਆ, ਤੇਰੇ ਕਿਹੜੇ ਕਿਹੜੇ ਦੱਸਾਂ ਕੀ ਕਮਾਲ ਸੋਹਣਿਆ, ਤੈਨੂੰ ਰੱਬ ਨੇ ਬਣਾ ਰੱਬੇ ਮਿਸਾਲ ਸੋਹਣਿਆ। ਤੇਰੇ ਕਿਹੜੇ ਕਿਹੜੇ ਦੱਸਾਂ ਕੀ ਕਮਾਲ ਸੋਹਣਿਆ, ਤੇਰੇ ਕਿਹੜੇ ਕਿਹੜੇ ਤੇਰੇ ਕਿਹੜੇ ਕਿਹੜੇ ਦੱਸਾਂ ਕੀ ਕਮਾਲ ਸੋਹਣਿਆ, ਤੈਨੂੰ ਰੱਬ ਨੇ ਬਣਾ ਰੱਬੇ ਮਿਸਾਲ ਸੋਹਣਿਆ, ਤੇਰੇ ਕਿਹੜੇ ਕਿਹੜੇ ਦੱਸਾਂ ਕੀ ਕਮਾਲ ਸੋਹਣਿਆ, ਤੈਨੂੰ ਰੱਬ ਨੇ ਬਣਾ ਰੱਬੇ ਮਿਸਾਲ ਸੋਹਣਿਆ। ਮਾਸ਼ਾਅੱਲਾ। ਤੇਰੇ ਨਾਲ ਵਸਦਾ ਸਾਮਾ ਦਾ ਜਹਾਨ ਏ, ਤੇਰੇ ਨਾਲ ਵਸਦਾ ਸਾਮਾ ਦਾ ਜਹਾਨ ਏ, ਤੂੰ ਨਹੀਂ ਸੋਹਣਿਆ ਤੇ ਦੁਨੀਆ ਵੀਰਾਨ ਏ, ਤੇਰੇ ਨਾਲ ਵਸਦਾ ਸਾਮਾ ਦਾ ਜਹਾਨ ਏ, ਤੂੰ ਨਹੀਂ ਸੋਹਣਿਆ ਤੇ ਦੁਨੀਆ ਵੀਰਾਨ ਏ। ਤੁਸੀਂ ਮੇਰੇ ਨਾਲ ਤੇ ਮੇਰੀ ਕਾਇਨਾਤ ਏ, ਤੁਸੀਂ ਮੇਰੇ ਨਾਲ ਤੇ ਮੇਰੀ ਕਾਇਨਾਤ ਏ, ਚੋਲੀ ਵਿੱਚ ਆਕ ਤੇਰੇ ਦਰ ਦੀ ਹੈਰਾਤ ਏ, ਤੁਸੀਂ ਮੇਰੇ ਨਾਲ ਤੇ ਮੇਰੀ ਕਾਇਨਾਤ ਏ, ਚੋਲੀ ਵਿੱਚ ਆਕ ਤੇਰੇ ਕੀਤੀਆਂ ਨੇ ਅਸ਼ੇ ਬੋਲਾ ਸੁਣੋ, ਕੀਤੀਆਂ ਨੇ ਜੋ ਅਲੀ ਦੇ ਆਲਾ ਮਿਹਰਬਾਨੀਆਂ, ਕਹਿੰਦਾ ਕੀਤੀਆਂ ਨੇ ਜੋ ਅਲੀ ਦੇ ਜਾਵਾਂ ਤੇ ਭੁੱਲੀਆਂ ਨਹੀਂ ਜਾਂਦੀਆਂ, ਕੀਤੀਆਂ
ਉਂਗਲੀ ਨੂੰ
ਬੇਸ਼ਕ ਮੈਂ ਮਾੜੀਆਂ ਮੇਰੀ ਕੁਲੀ ਮਾੜੀਏ, ਬੇਸ਼ਕ ਮੈਂ ਮਾੜੀਆਂ ਮੇਰੀ ਕੁਲੀ ਸੁਨੀਆਂ ਦੇ ਗੱਜ ਵੱਜ ਕੇ ਮੀਲਾਦ ਮਨਾਉਣਾ।